ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਸਾਡੇ ਬਹਿਣ ਬਿਨਾਂ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੀਏ। ਅਸੀਂ ਦੁਆ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਜਾਣਾ ਤਾਂ ਅਸੀਂ ਮਸਜਿਦ ਹੀ ਆ, ਕਿਉਂਕਿ ਮਸਜਿਦ ਸਾਡਾ ਥੋੜ੍ਹਾ ਜਿਹਾ ਕੰਮ ਹੋਰ ਰਹਿਣ ਵਾਲਾ ਅਜੇ ਰਹਿ ਗਿਆ, ਉਹ ਕਰਨਾ। ਔਰ ਸੁਬਹ ਸੁਬਹ ਉੱਠੇ ਹਾਂ ਜੀ, ਇਸ ਕਿ ਸਭ ਤੋਂ ਪਹਿਲੇ ਚਾਚੂ ਅਖਤਰ ਘਰ ਆ ਚੁੱਕੇ ਆ ਜੀ ਕੱਲ੍ਹ, ਅਲਹਮਦੁਲਿਲਾ। ਉਹਨਾਂ ਦੇ ਬੇਟੇ ਵੀ ਘਰ ਆ ਗਏ ਹੋਏ ਆ ਅਲਹਮਦੁਲਿਲਾ ਜੀ, ਮਾਸ਼ਾਅੱਲਾ ਬਿਲਕੁਲ ਠੀਕ ਠਾਕ ਆ ਜੀ। ਔਰ ਚੱਲਦੇ ਹਾਂ ਜੀ, ਸਭ ਤੋਂ ਪਹਿਲੇ ਜਿਹੜਾ ਮੇਨ ਕੰਮ ਕਰਨ ਵਾਲਾ ਬੱਚੇ ਦੀ ਖਰੀਦ ਦਰਿਆਫਤ ਕਰਦੇ ਹਾਂ। ਔਰ ਚਾਚੂ ਅਖਤਰ ਨੂੰ ਪੁੱਛਦੇ ਹਾਂ ਵੀ ਅੱਗੇ ਹੁਣ ਕੀ ਪ੍ਰੋਸੀਜਰ ਆ ਇਹਦੇ, ਬੱਚੇ ਦੀ ਮੈਡੀਸਨ ਦਾ, ਬੱਚੇ ਦੇ ਖਾਣ ਪੀਣ ਦਾ, ਠੀਕ ਹੈ ਜੀ, ਸਾਰਾ ਕੁਛ ਚੱਲ ਕੇ ਉਹ ਹੁਣ ਉਹ ਡਿਸਕਸ ਕਰਦੇ, ਡਾਕਟਰ ਨੇ ਕੀ ਖਾਣ ਵਾਸਤੇ ਦੱਸਿਆ ਔਰ ਕੀ ਕੁਛ ਕਰਨਾ ਅੱਗੇ ਜੀ। ਔਰ ਆਪੀ ਬੁਸ਼ਰਾ ਅਹਿਮਦ ਔਰ ਆਸੀਆ ਆਪੀ ਔਰ ਸਾਹਿਦ ਭਾਈ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਥ ਦਿੱਤਾ ਮੇਰਾ। ਔਰ ਚਾਚੂ ਅਖਤਰ ਦੇ ਮਾਸ਼ਾਅੱਲਾ ਬੱਚੇ ਦਾ ਆਪਰੇਸ਼ਨ ਹੋ ਚੁੱਕਿਆ ਜੀ, ਆਪਰੇਸ਼ਨ ਹੋ ਕੇ ਘਰ ਆ ਗਏ ਹੋਏ ਆ, ਅਤੇ ਚੱਲ ਕੇ ਅਤੇ ਉਹਨਾਂ ਨੂੰ ਵੀ ਸ਼ੇਅਰ ਕਰਦੇ ਹਾਂ ਜੀ, ਉਹਨਾਂ ਨਾਲ ਵੀ ਕਿ ਇਸ ਨਾਲ ਬੱਚੇ ਤਬੀਅਤ ਕਿਸ ਤਰ੍ਹਾਂ ਦੀ ਆ, ਔਰ ਆਪ ਖੁਦ ਵੀ ਦੇਖ ਕੇ ਆਉਂਦੇ ਹਾਂ ਜੀ। ਅੱਛਾ ਜੀ, ਪਹੁੰਚ ਚੁੱਕੇ ਹੋਏ ਹਾਂ ਚਾਚੂ ਅਖਤਰ ਦੇ ਘਰ। ਔਰ ਹਾਂਜੀ, ਸੁਣਾਓ ਕਿੱਦਾਂ ਤਬੀਅਤ ਪੁੱਤ ਹੋਣਾ? ਠੀਕ ਹੈ ਤਬੀਅਤ? ਆਪਣਾ ਘਰ ਦੇਖਣਾ ਨਸੀਬ ਕਰੇ ਜੀ। ਔਰ ਆਪੀ ਬੁਸ਼ਰਾ ਅਹਿਮਦ ਔਰ ਉਹਨਾਂ ਦੀ ਫਰੈਂਡ ਆਸੀਆ ਆਪੀ ਔਰ ਆਪੀ ਬੁਸ਼ਰਾ ਦੀ ਬੇਟੀ ਜੀ, ਉਹਨਾਂ ਨੇ ਤੁਹਾਡੇ ਵਾਸਤੇ ਜਿਹੜੇ ਪੈਸੇ ਭੇਜੇ ਆ ਤੁਹਾਡੇ ਆਪਰੇਸ਼ਨ ਵਾਸਤੇ, ਜੋ ਕੁਛ ਹੋਇਆ ਅੱਲਾਹ ਪਾਕ ਦੀ ਤਰਫੋਂ ਹੀ ਹੋਇਆ ਜੀ ਜੀ ਬਿਲਕੁਲ, ਲੇਕਿਨ ਉਹਨਾਂ ਵਾਸਤੇ ਵੀ ਮੇਰਾ ਬੇਟਾ ਦੁਆ ਕਰਿਆ ਜੀ, ਅੱਲਾਹ ਪਾਕ ਮਨ ਮਰੀਜ਼ ਬੰਦੇ ਦੀ ਅੱਲਾਹ ਪਾਕ ਦੁਆ ਜਿਹੜਾ ਨਾ ਜਲਦੀ ਸੁਣਦਾ ਜੀ। ਬਾਕੀ ਆਸ ਹੋਈ ਗੱਲ ਹੈ, ਅੱਲਾਹ ਪਾਕ ਆਪਣੇ ਪਿਆਰਿਆਂ ਨੂੰ ਇਹ ਹਿੰਮਤ ਦਿੰਦਾ ਆ, ਆਮ ਬੰਦੇ ਨੂੰ ਹਿੰਮਤ ਨਹੀਂ ਦਿੰਦਾ। ਹਾਂਜੀ, ਤੇ ਸ਼ੁਕਰ ਅਲਹਮਦੁਲਿਲਾ ਕਿ ਅੱਲਾਹ ਪਾਕ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਅੱਲਾਹ ਪਾਕ ਉਹਨਾਂ ਦਾ ਭਲਾ ਕਰੇ ਕਿ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਬੇਟੇ ਵਾਸਤੇ ਇਲਾਜ ਵਾਸਤੇ ਇੰਨਾ ਕੁ ਹਿੰਮਤ ਕੀਤੀ ਅਤੇ ਅੱਲਾਹ ਪਾਕ ਨੇ ਨਵੀਂ ਜ਼ਿੰਦਗੀ ਦਿੱਤੀ ਹੈ। ਜਿੱਦਾਂ ਦਾ ਮਸਲਾ ਉਹ ਦੱਸਦੇ ਸੀ, ਯਕੀਨ ਕਰੋ ਸਾਡੇ ਤੋਂ ਕੰਮ ਬਹੁਤ ਓਵਰ ਸੀਗਾ, ਨਾ ਅਸੀਂ ਕਰ ਸਕਦੇ ਸੀ। ਬਾਕੀ ਮਾਸ਼ਾਅੱਲਾ ਜੀ, ਬੱਚਾ ਹੁਣ ਠੀਕ ਠਾਕ, ਨਜ਼ਰ ਸਹੀ ਆ ਰਿਹਾ? ਬਿਲਕੁਲ ਸਹੀ ਆਉਂਦਾ ਨਜ਼ਰ? ਕਿੰਨੀਆਂ ਉਂਗਲਾਂ ਮੇਰੀਆਂ ਇਹ? ਕਿੰਨੀਆਂ? ਇਹ ਬਿਲਕੁਲ ਸਹੀ ਨਜ਼ਰ ਆ ਰਿਹਾ ਮਾਸ਼ਾਅੱਲਾ ਜੀ। ਡਾਕਟਰ ਸਾਹਿਬ ਵੀ ਵਾਰ ਵਾਰ ਇਹੀ ਪੁੱਛਦੇ ਸੀ ਕਿ ਯਾਰ ਬੇਟਾ ਨਜ਼ਰ ਆ, ਉਹ ਵਾਰ ਵਾਰ ਪੈਨਸਲ ਵਿਖਾਉਂਦੇ ਸੀ, ਆਹ ਪੈਨਸਲ ਕਿੰਨੀਆਂ, ਆਹ ਕਿੰਨੀਆਂ, ਆਹ ਕਿੰਨੀਆਂ, ਲੇਕਿਨ ਅਲਹਮਦੁਲਿਲਾ ਨਜ਼ਰ ਲਓ ਮਾਸ਼ਾਅੱਲਾ ਬਿਲਕੁਲ। ਸ਼ੁਕਰ ਹੈ ਕਿ ਮੇਰੇ ਭੈਣ ਭਰਾਵਾਂ ਦੀ ਦੁਆਵਾਂ ਨਾਲ, ਕੁਛ ਮੇਰੇ ਭਾਈ ਵੱਡੇ ਗਏ ਸੀ ਜਿਹੜੇ ਸਾਡੇ ਆਸਮ ਭਾਈ ਦੇ ਵਾਲਾ ਸਾਹਿਬ ਗਏ, ਉਹਨਾਂ ਨੇ ਬਹੁਤ ਬਹੁਤ ਦੁਆ ਕੀਤੀ, ਉਹਨਾਂ ਨੇ ਮੱਕੇ ਜਾ ਕੇ ਦੁਆ ਕੀਤੀ, ਮਦੀਨੇ ਸ਼ਰੀਫ ਜਾ ਕੇ ਦੁਆ ਕੀਤੀ ਸਾਡੇ ਇਸ ਬੱਚੇ ਨੂੰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਜੀ। ਮੁਹੱਲੇ ਵਾਲਿਆਂ ਨੇ, ਭੈਣ ਭਰਾਵਾਂ ਨੇ ਬਹੁਤ ਬਹੁਤ ਦੁਆ ਕੀਤੀ ਮੇਰੇ ਬੇਟੇ ਵਾਸਤੇ, ਲੇਕਿਨ ਇਹਦਾ ਮਸਲਾ ਬਹੁਤ ਜ਼ਿਆਦਾ ਸੰਗੀਨ ਸੀਗਾ। ਚਲੋ, ਸਾਰੀ ਅੱਲਾਹ ਪਾਕ ਨੇ ਆਪਣੀ ਰਹਿਮਤ ਕਰ ਦਿੱਤੀ ਆ। ਹੁਣ ਅਗਲਾ ਪ੍ਰੋਸੀਜਰ ਜਿਹੜਾ ਡਾਕਟਰ ਨੇ ਖਾਣ ਦਾ ਕੀ ਦੱਸਿਆ? ਖਾਣ ਦਾ ਉਹਨਾਂ ਨੇ ਕਿਹਾ ਜੀ ਇਹਦੀ ਲਾਜ਼ਮੀ ਖੁਰਾਕ, ਕਿਉਂਕਿ ਇੰਨਾ ਕੁ ਆਪਰੇਸ਼ਨ ਹੋਵੇ ਤਾਂ ਅਸੀਂ ਕਹਿੰਦੇ ਕਿ ਇਹਨੂੰ ਖੁਰਾਕ ਦਈਏ, ਲੇਕਿਨ ਇਹਦੇ 4 ਪਲੇਟ ਆ। ਸਹੀ ਹੈ ਜੀ, 3 ਪਲੇਟ ਜਿਹੜੇ ਉਹ ਸਿਰ ਦੇ ਵਿੱਚ ਤੇ 1 ਪਲੇਟ ਇਹਦਾ ਐ ਜਗ੍ਹਾ ਤੇ ਆ, ਉਹ ਜਿਹੜੇ ਨਾਲ ਹੀ ਪਾਈ ਇਹਨਾਂ ਨੇ ਸਟਾਰਟ ਪਾਇਆ ਤੇ ਦੇ ਕਨਾਲ ਹੋਣਾ ਕਿ ਜਿੰਨਾਂ ਨੂੰ ਖਲਾਣਾ ਨਾ ਇਹਦੀ ਇਹਦੀ ਇੰਨੀ ਕੁ ਖਿਦਮਤ ਕਰਨੀ ਆ ਕਿ ਮਾਸ਼ਾਅੱਲਾ ਅਗਲੀ ਵਾਰੀ ਸਾਡੇ ਕੋਲ ਆਵੇ ਤੇ ਬੱਚਾ ਤੁਰ ਕੇ ਆਵੇ ਆਪਣੇ ਆਪ, ਤੁਸੀਂ ਇਹਨੂੰ ਫੜਨਾ ਨਹੀਂ। ਸਹੀ, ਅਸੀਂ ਫੜਦੇ ਇਸ ਵਾਸਤੇ ਕਿ ਕਮਜ਼ੋਰੀ ਬਹੁਤ ਹੋ ਗਈ ਆ। ਡਾਕਟਰ ਦੱਸ ਦੇਣਾ ਕਿਸ ਹਿੱਸੇ ਦਾ ਗੋਸ਼ਤ ਜਿਹੜਾ ਜ਼ਿਆਦਾ ਬੱਚੇ ਨੂੰ ਖਵਾਓ? ਉਹਨਾਂ ਨੇ ਜ਼ਿਆਦਾ ਉਹਨਾਂ ਨੇ ਛੋਟਾ ਮੇਰਾ ਬੱਕਰੇ ਦਾ ਕਹਿੰਦਾ ਸੀ ਇਹ ਲਾਇਆ ਕਿ ਨਾ ਇਹਦੇ ਜਿਹੜੀ ਸੂਪ ਵਗੈਰਾ ਬਣਾ ਕੇ ਜਾਂ ਜਿਸ ਤਰ੍ਹਾਂ ਵੀ ਖਾਣਾ ਚਾਹੇ ਬਰੀਕ ਵੀ ਕੀਮਾ ਬਣਾ ਕੇ ਪਹਿਲੇ ਟਾਈਮ ਨੂੰ ਅੰਡਾ ਬੋਇਲ ਦੇਣਾ ਵਾ। ਸਹੀ ਹੈ, ਦੇਸੀ ਅੰਡਾ ਦੇਣਾ? ਹਾਂ, ਦੇਸੀ ਅੰਡਾ। ਸਹੀ ਹੈ, ਫਿਰ ਉਸ ਤੋਂ ਬਾਅਦ ਦੁਪਹਿਰ ਟਾਈਮ ਜਿਹੜਾ ਦੇਣਾ ਵਾ ਉਹਨੂੰ ਕੀਮਾ ਬਣਾ ਕੇ ਦਿਓ, ਨਾਲ ਹਲਕਾ ਫਰੂਟ ਦਿਓ ਜਿੰਨਾ ਫਰੂਟ ਖਾ ਸਕਦੇ ਹੋ, ਸ਼ਾਮ ਟਾਈਮ ਨੂੰ ਸੂਪ ਦੇ ਵਿੱਚ ਰੋਟੀ ਭੋਰ ਕੇ
ਜਿੰਨੀ ਖਾ ਸਕੇ ਜ਼ਿਆਦਾ ਉਹ ਫਲਾਣਾ ਨੇ ਰੋਟੀ ਕੰਮ ਦੇ ਦੇਣੀ ਤੇ ਬਾਕੀ ਇਹ ਖੁਰਾਕ ਦੇ ਵਿੱਚ ਫਰੂਟ ਦੇ ਵਿੱਚ ਹਾਂਜੀ ਫਰੂਟ ਚ ਫਰੂਟ ਚ ਉਹਨਾਂ ਨੇ ਕਿਹਾ ਸੇਬ ਵਗੈਰਾ ਹੋ ਜਾਏ ਜਾਂ ਸਟ੍ਰਾਬੇਰੀ ਹੋ ਜਾਏ ਜਿਹੜੀ ਚੀਜ਼ ਬੱਚਾ ਦਿਲ ਕਰੇ ਖਾ ਸਕਦਾ ਇਹਦੇ ਕੋਈ ਪਰਹੇਜ਼ ਨਹੀਂ ਫਰੂਟ ਦਾ ਕੋਈ ਪਰਹੇਜ਼ ਕੋਈ ਪਰਹੇਜ਼ ਨਹੀਂ ਜ਼ਿਆਦਾ ਤੋਂ ਜ਼ਿਆਦਾ ਜੂਸ ਬਣਾ ਕੇ ਦਿਓ ਕਿ ਜਿਹਦੇ ਚ ਨਾ ਇਹਦਾ ਦਿਲ ਜਿਹੜਾ ਆਵਾਦਾਰ ਨਾ ਹੋਵੇ ਖਾਣ ਵਾਲੇ ਦਿਨ ਬਸ ਤੇ ਬਾਕੀ ਇਹ ਅਲਹਮਦੁਲਿਲਾ ਹੁਣ ਆਏ ਘਰ ਹੈ ਹੁਣ ਤੋਂ ਨਿਜ਼ਾਮ ਚਲਾ ਦੇਖੋ ਜੀ ਆਪਣੀ ਬੁਸ਼ਰਾ ਅਹਿਮਦ ਔਰ ਆਸੀਆ ਉਹਨਾਂ ਦੀ ਫਰੈਂਡ ਜੀ ਆਸੀਆ ਸਿਸਟਰ ਔਰ ਆਪਣੀ ਬੁਸ਼ਰਾ ਅਹਿਮਦ ਦੀ ਬੇਟੀ ਔਰ ਸਾਹਿਦ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਅੱਜ ਮਾਸ਼ਾਅੱਲਾ ਜੀ ਇਹ ਬੱਚਾ ਆਪਰੇਸ਼ਨ ਕਰਵਾ ਕੇ ਅਤੇ ਆਪਣੇ ਘਰ ਆ ਚੁੱਕਿਆ ਅਲਹਮਦੁਲਿਲਾ ਠੀਕ ਠਾਕ ਹੈ ਜੀ ਔਰ ਅਗਲਾ ਪ੍ਰੋਸੀਜਰ ਜਿਹੜਾ ਚੱਲਣਾ ਹੁਣ ਜੀ ਅਗਲਾ ਪ੍ਰੋਸੀਜਰ ਇਹਨਾਂ ਦਾ ਇਹ ਚੱਲਣਾ ਸਭ ਤੋਂ ਪਹਿਲੇ ਤਾਂ ਇਹਨਾਂ ਦੇ ਕੋਲ ਘਰ ਦੇ ਵਿੱਚ ਇਹਨਾਂ ਨੂੰ ਬੱਚੇ ਦੇ 4 ਛੋਰੇ ਮੱਛਰਦਾਨੀ ਚਾਹੀਦੀ ਹੈ ਜੀ ਠੀਕ ਹੈ ਜੀ ਮੱਛਰਦਾਨੀ ਵੱਡੀ ਜਿਹੜੀ ਆ ਉਹ ਤਕਰੀਬਨ ਮੇਰਾ ਕਹਿੰਦਾ 35-3600 ਦੀ ਜਾਂ 4000 ਦੀ ਆਉਣੀ ਆ ਠੀਕ ਹੈ ਜੀ ਜਿਹੜਾ ਵੱਡਾ ਖੈਮਾ ਜਿਹੜਾ ਲੱਗਣਾ ਵਾ ਵੱਡੀ ਚਾਰ ਵੱਡੀ ਮੱਖੀ ਤੋਂ ਪਰਹੇਜ਼ ਜ਼ਰੂਰੀ ਉਹ ਵੱਡੀ ਹੋਣੀ ਨਾ ਉੱਚੀ ਹੋਣੀ ਆ ਉਹ 'ਚ ਬੰਦਾ ਅਖਤਾ ਨਹੀਂ ਹੁੰਦਾ ਹੈਗਾ ਜਿਹੜੀ ਆਮ ਛੋਟੀਆਂ ਮੱਛਰਦਾਨੀ ਇਹ 'ਚ ਨਾ ਇਹ 'ਚ ਮਰੀਜ਼ ਵਾਸਤੇ ਉਹ ਅੱਛੀ ਨਹੀਂ ਹੈਗੀ ਮਰੀਜ਼ ਵਾਸਤੇ ਵੱਡਾ ਖੈਮਾ ਜਿਹੜਾ ਨਾ ਉਹ ਹੀ ਠੀਕ ਆ 3500-4000 ਦਾ ਨਾ ਉਹ ਜਿਹੜਾ ਅੱਛਾ ਹਾਂਜੀ ਔਰ ਉਸ ਤੋਂ ਬਾਅਦ ਜੀ ਇਹਨਾਂ ਕੋਲ ਦੂਸਰੀ ਗੱਲ ਇੱਕ ਜ਼ਰੂਰੀ ਆ ਪੱਖਾ ਛੱਤ ਵਾਲਾ ਪੱਖਾ ਨਹੀਂ ਹੈਗਾ ਇਹਨਾਂ ਕੋਲ ਔਰ ਇਹ ਵਾਲਾ ਪੱਖਾ ਜਿਹੜਾ ਇਹ ਵੀ ਹਮਸਾਇਆ ਨਾ ਮੰਗ ਕੇ ਲੈ ਕੇ ਆਉਂਦਾ ਵੀ ਪੱਖਾ ਇਹਨਾਂ ਦਾ ਆਪਣਾ ਨਹੀਂ ਹੈਗਾ ਇੱਕ ਪੱਖਾ ਜ਼ਰੂਰੀ ਹੈ ਬੱਚੇ ਵਾਸਤੇ ਬੇਸ਼ੱਕ ਫਰਸ਼ੀ ਪੱਖਾ ਹੋ ਜਾਵੇ ਜਾਂ ਛੱਤ ਵਾਲਾ ਪੱਖਾ ਹੋ ਜਾਵੇ ਜੀ ਠੀਕ ਹੈ ਔਰ ਦੂਸਰਾ ਇਹਦੀ ਮੱਛਰਦਾਨੀ ਬਾਕੀ ਮੈਡੀਸਨ ਔਰ ਇਹ ਬੱਚੇ ਦਾ ਖਾਣ ਪੀਣ ਇਹ ਹੁਣ ਕਰਨਾ ਜੀ ਕਿਉਂਕਿ ਇਹ ਤਾਂ ਵਿਚਾਰਾ ਵਾਢੀ ਵੀ ਨਹੀਂ ਕਰ ਸਕਿਆ ਹੈਗਾ ਕਣਕ ਵੀ ਨਹੀਂ ਘਰਦੀ ਲੈ ਸਕਿਆ ਕਿਉਂਕਿ ਸਾਰੀਆਂ ਵਾਢੀਆਂ ਜਿਹੜੀਆਂ ਕਿਉਂ ਈਦ ਗੁਜ਼ਰੀ ਆ ਅਤੇ ਉੱਥੇ ਹੀ ਆ ਜੀ ਹਸਪਤਾਲ ਰਹੇ ਆ ਔਰ ਉਸ ਤੋਂ ਪਹਿਲੇ ਵੀ ਆਪਣਾ ਜਿਹੜਾ ਸੀਜ਼ਨ ਸੀਗਾ ਉਹ ਵੀ ਅੱਛੇ ਤਰੀਕੇ ਨਾਲ ਨਹੀਂ ਕਮਾ ਸਕਿਆ ਜੀ ਰੋਜ਼ਿਆਂ ਦੇ ਵਿੱਚ ਵੀ ਬੱਚਿਆਂ ਲੈ ਕੇ ਭੱਜਣ ਹੱਠੇ ਫਿਰਦੇ ਰਹੇ ਜੀ ਅਤੇ ਠੀਕ ਹੈ ਚਾਚੂ ਜੀ ਅੱਲਾਹ ਪਾਕ ਬਿਹਤਰ ਕਰੇਗਾ ਕੋਸ਼ਿਸ਼ ਕਰਦੇ ਕਿਸੇ ਭੈਣ ਭਾਈ ਤਰਫੋਂ ਤੁਹਾਨੂੰ ਪੱਖਾ ਵੀ ਲੈ ਕੇ ਦਿੰਦੇ ਹਾਂ ਮੱਛਰਦਾਨੀ ਵੀ ਲੈ ਕੇ ਦਿੰਦੇ ਹਾਂ ਅਤੇ ਔਰ ਬੱਚੇ ਦੀ ਮੈਡੀਸਨ ਜਿਹੜੀ ਹੁਣ ਲੈਣੀ ਹੈ ਖਾਣ ਪੀਣ ਦਾ ਨਿਜ਼ਾਮ ਜਿਹੜਾ ਉਹ ਵੀ ਕਰਦੇ ਹਾਂ ਜੀ ਏਅਰ ਕੂਲਰ ਉਹ ਵੀ ਬਿਜਲੀ ਹੋਣੀ ਤਾਂ ਚੱਲਣਾ ਵਾ ਬਿਜਲੀ 'ਤੇ ਚੱਲਣਾ ਏਅਰ ਕੂਲਰ ਚਲੋ ਦੇਖ ਲੈਂਦੇ ਹਾਂ ਕੂਲਰ ਦਾ ਵੀ ਦੇਖ ਲੈਂਦੇ ਹਾਂ ਪੱਖੇ ਦਾ ਵੀ ਦੇਖ ਲੈਂਦੇ ਫਿਰ ਜਿਸ ਤਰ੍ਹਾਂ ਜਿਹੜੇ ਭੈਣ ਭਾਈ ਨੇ ਲੈ ਕੇ ਦਿੱਤਾ ਜਿਸ ਤਰ੍ਹਾਂ ਉਹਨਾਂ ਦੀ ਖੁਆਇਸ਼ ਹੋਈ ਉਸੇ ਤਰ੍ਹਾਂ ਹੀ ਇਸ ਮਰੀਜ਼ ਬੱਚੇ ਵਾਸਤੇ ਜੋ ਵੀ ਕਰਨਾ ਹੋ ਚਾਹੁੰਦਾ ਤਾਵਨ ਕੀਤਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪੁੱਤਰ ਨੂੰ ਨਵੀਂ ਜ਼ਿੰਦਗੀ ਮਿਲੀ ਲੇਕਿਨ ਮੈਂ ਨਹੀਂ ਜੋਗਾ ਨਹੀਂ ਸੀ ਹੈਗਾ ਤੇ ਲੇਕਿਨ ਅਲਹਮਦੁਲਿਲਾ ਪਾਕ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅੱਲਾਹ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਦੇਵੇ ਉਹਨਾਂ ਦੀ ਆਉਣ ਵਾਲੀ ਹਰ ਜ਼ਿੰਦਗੀ ਵਿੱਚ ਪਰੇਸ਼ਾਨੀ ਜਿਹੜੀ ਉਹ ਦੂਰ ਹੋਵੇ ਅੱਛਾ ਜੀ ਉੱਧਰ ਆਪਾਂ ਹੋ ਕੇ ਚਾਚੂ ਅਖਤਰ ਦੇ ਘਰ ਦੇ ਬੱਚੇ ਦਾ ਪਤਾ ਕਰਕੇ ਅਤੇ ਪਹੁੰਚ ਚੁੱਕੇ ਹੋਏ ਹਾਂ ਮਸਜਿਦ ਦੇ ਵਿੱਚ ਔਰ ਮਸਜਿਦ ਦਾ ਜਿਹੜਾ ਕੱਲ੍ਹ ਕੰਮ ਛੱਡ ਗਿਆ ਹੋਏ ਸੀਗੇ ਜੀ ਇਹ ਕੰਮ ਛੱਡ ਗਿਆ ਸੀ ਆ ਸਾਹਮਣੇ ਵਾਲ ਲੱਗ ਰਹੀ ਹੋਈ ਸੀਗੀ ਫੁੱਲਾਂ ਵਾਲੀ ਕਿਆਰੀ ਦੀ ਇਹਦਾ ਕੰਮ ਚੱਲ ਰਿਹਾ ਹੋਇਆ ਔਰ ਨਾਲ ਸਾਹਮਣੇ ਪੱਲਾ ਬਣ ਰਿਹਾ ਇੱਧਰਲੀ ਸਾਈਡ 'ਤੇ ਲੱਗਣਾ ਅੰਦਰ ਜਾਣ ਵਾਸਤੇ ਜੀ ਔਰ ਇੱਧਰ ਵਾਲੀ ਸਾਈਡ 'ਤੇ ਜਿਹੜੀ ਛੱਤ ਬਣਾਈ ਆ ਇਹ ਛੱਤ ਨੂੰ ਲੱਗ ਰਹੀ ਹੋਈ ਜੀ ਫੈਬਰ ਸ਼ੀਟ ਅਤੇ ਇਹਨੂੰ ਫਿਰ ਚੱਕ ਕੇ ਉੱਧਰ ਵੀ ਚਾਰ ਬੰਦੇ ਇਕੱਠੇ ਕਰ ਕੰਮ ਕੱਟਾਂਗੇ ਚੱਕ ਕੇ ਅਤੇ ਉੱਧਰ ਲੈ ਜਾਵਾਂਗੇ ਉੱਧਰ ਅੱਛਾ ਜੀ ਛੱਤ ਸਾਡੀ ਲੱਗ ਚੁੱਕੀ ਹੈ ਜੀ ਜਿਹੜੀ ਕੱਲ੍ਹ ਦੇ ਬਣਾਉਣ ਲੱਗੇ ਹੋਏ ਹਾਂ
ਔਰ ਤੁਸੀਂ ਜ਼ਿਕਰ ਕੀਤਾ ਸੀ ਆਪਣੇ ਭੈਣ ਭੀਆਂ ਨਾਲ ਕਿ ਛੱਤ ਰਵਾਉਣੀ ਹੈ ਵਾਲੀ ਟੂਟੀਆਂ ਦੇ ਉੱਪਰ, ਟੂਟੀਆਂ ਦੇ ਉੱਪਰ ਔਰ ਕੂਲਰ ਦੇ ਉੱਪਰ, ਫਿਲਟਰ ਦੇ ਉੱਪਰ ਇਹ ਛੱਤ ਲੱਗ ਗਈ ਹੈ ਸਾਡੀ ਜੀ। ਛੱਤ ਲੱਗ ਗਈ ਹੈ ਜੀ, ਚਾਏ ਆ ਗਈ ਇੱਥੇ ਮੁਹੱਲੇ 'ਚ ਵੀ ਆਈ ਹੈ ਚਾਹ ਸਾਡੀ, ਚਾਹ ਪੀਂਦੇ ਔਰ ਉਸ ਤੋਂ ਬਾਅਦ ਚਾਹ ਪੀ ਕੇ ਸਭ ਆ ਮੁੱਕ ਗਿਆ ਆਪਣਾ ਕੰਮ ਨਾ। ਅੱਛਾ ਜੀ, ਬਾਹਰ ਵਾਲੀ ਜਿਹੜੀ ਜਾਲੀ ਸੀਗੀ ਇਹ ਵੀ ਲੱਗ ਚੁੱਕੀ ਹੈ ਜੀ, ਔਰ ਇਹ ਸਾਈਡ ਤੇ ਲਾਇਆ ਦਰਵਾਜ਼ਾ, ਇੱਥੇ ਲੱਗ ਜਾਏਗਾ ਦਰਵਾਜ਼ਾ, ਨਾਲ ਇੱਧਰ ਦੀ ਅੰਦਰ ਜਾਣਗੇ ਤੇ ਇੱਧਰ ਦੀ ਇਸ ਕਿਆਰੀ ਚੋਂ ਬਾਹਰ ਆ ਜਾਣਗੇ। ਔਰ ਉਸ ਤੋਂ ਬਾਅਦ ਜਿਹੜੀ ਥੱਲੇ ਵਾਲੀ ਸਾਈਡ ਤੇ ਤਾਰ ਪਾ ਕੇ ਤਾਰ ਨਾਲ ਬੰਨੀ ਜਾ ਰਹੇ ਹੋਏ ਜੀ ਸਰ, ਖਿੱਚ ਕੇ ਜਾਣ ਨਾਲ, ਜਾਣ ਨਾਲ ਪਲਾਸ ਨਾਲ ਰੋੜੀ ਦੇ ਦੋ ਅੰਦਰੋਂ ਲੱਗ ਰਹੀ ਹੈ ਜੀ, ਜਾਲੀ ਬਾਜ ਰਹੀ ਹੋਈ ਹੈ। ਔਰ ਅੰਦਰ ਜਿਹੜੀ ਪੇਪਰ ਸ਼ੀਟ ਲਗਾਉਣੀ ਸੀਗੀ ਉਹ ਵੀ ਲੱਗ ਚੁੱਕੀ ਹੈ ਜੀ, ਉਸਤਾਦ ਹੁਣ ਆਪਣਾ ਸਮਾਨ ਸਾਰਾ ਰਿਕਸ਼ੇ 'ਤੇ ਰੱਖ ਲਿਆ ਹੋਇਆ। ਇਹ ਬਾਹਰ ਵਾਲੀ ਸਾਈਡ ਤੋਂ ਸੀਨ ਹੈ ਜੀ ਕੁਛ ਇਹਦਾ, ਬਾਹਰ ਵਾਲੀ ਸਾਈਡ ਤੋਂ ਸੀਨ ਕੁਛ ਇੱਦਾਂ ਦਾ ਹੋ ਗਿਆ। ਕੂਲਰ ਵੀ ਕਵਰ ਹੋ ਗਿਆ ਜੀ, ਮੈਂ ਥੋੜ੍ਹਾ ਉੱਪਰ ਹੀ ਖੜ੍ਹਾਂ ਇਸ ਬੁਨਿਆਦ ਦੇ ਉੱਪਰ, ਇਹ ਸਾਹਮਣੇ ਲੱਗ ਗਈ ਹੈ ਜੀ ਫੈਬਰ ਸ਼ੀਟ ਔਰ ਇਹ ਛਾਂ ਬਣ ਚੁੱਕੀ ਹੈ ਜੀ, ਟੂਟੀਆਂ ਉੱਪਰ ਵੀ ਔਰ ਕੂਲਰ ਦੇ ਉੱਪਰ ਵੀ। ਇਸ ਵੀ ਸਾਡਾ ਕੰਮ ਫਾਈਨਲ ਹੋ ਗਿਆ ਮਾਸ਼ਾਅੱਲਾ ਜੀ ਅਲਹਮਦੁਲਿਲਾ, ਔਰ ਬਾਹਰ ਵਾਲਾ ਕੰਮ ਵੀ ਫਾਈਨਲ ਹੋ ਗਿਆ, ਹੁਣ ਰਹਿ ਗਿਆ ਜੀ ਕਲੀਨ। ਔਰ ਕਲੀਨਾਂ ਤੋਂ ਪਹਿਲੇ ਜਿਹੜਾ ਕੰਮ ਹੋਣ ਵਾਲਾ ਨਾ ਜੀ ਇਹ ਵਾਲਾ ਰਹਿ ਗਿਆ ਸਿਰਫ, ਜਿੱਥੇ ਵਿੱਚ ਮੁਸਤਫਾ ਭਾਈ ਯਾਨੀ ਕਿ ਸਾਨੂੰ ਪੇਂਟ ਮਾਰ ਦਿੰਦੇ ਆ, ਪੇਂਟ ਮਾਰ ਦਿੱਤੇ ਉਸ ਤੋਂ ਬਾਅਦ ਇਨਸ਼ਾਅੱਲਾ ਕਲੀਨ ਅੰਦਰ ਵਿਛਾ ਦੇਣੇ ਆ ਜੀ। ਔਰ ਚੱਲਦੇ ਹਾਂ ਜੀ ਅੰਦਰ, ਹਫ ਸਾਹਿਬ ਜਿਹੜੇ ਸੀਗੇ ਜਿਨ੍ਹਾਂ ਨੇ ਸ਼ਬੀਨਾ ਪੜ੍ਹਦੇ ਰਹੇ ਸਾਡੇ ਕੋਲ ਰਮਜ਼ਾਨ ਦੇ ਵਿੱਚ, ਇਹ ਤਾਂ ਮੁਹੱਲੇ ਦੇ ਹੀ ਆ, ਇਨਸ਼ਾਅੱਲਾ ਉਹਨਾਂ ਨੇ ਹਿਫਜ਼ ਕੀਤਾ ਕੁਰਾਨ ਸ਼ਰੀਫ ਜੀ, ਔਰ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਆਸਫ ਭਾਈ ਸਾਨੂੰ ਉਹਨਾਂ ਨੂੰ ਲੈ ਕੇ ਦਿਓ, ਕਿਸੇ ਭੈਣ ਭਿੰਨ ਕੇ ਕਿਤਾਬਾਂ ਲੈ ਦਿਓ ਅਤੇ ਮੈਂ ਆਪਣੀ ਤਲੀਮ ਜਿਹੜੀ ਨਾ ਜਾਰੀ ਰੱਖ ਸਕਾਂ ਜੀ। ਅਤੇ ਉਹਦੀਆਂ ਕਿਤਾਬਾਂ ਆ ਚੁੱਕੀਆਂ ਜੀ, ਪੈਸੇ ਤਾਂ ਖੈਰ ਕਿਸੇ ਪਾਸੇ ਨਹੀਂ ਮਿਲੇ ਹੈਗੇ, ਲੇਕਿਨ ਇਹ ਹੈ ਕਿ ਚਲੋ ਕਿਤਾਬਾਂ ਉਹਦੀਆਂ ਫਿਲਹਾਲ ਮੰਗਵਾ ਦਿੱਤੀਆਂ ਜੀ। ਉਹ ਫਿਰ ਦੇਖਾਂਗੇ ਕਿਹੜੇ ਭੈਣ ਭਾਈ ਦੇ ਜ਼ਿੰਮੇ ਪਾਉਂਦੇ ਹਾਂ ਕਿ ਭਾਈ ਪੈਸੇ ਕਿਤਾਬਾਂ ਅਸੀਂ ਮੰਗਵਾ ਕੇ ਦਿੱਤੀਆਂ, ਚਲੋ ਜਿਹੜੀ ਕਿਸੇ ਪਾਸੇ ਮਿਲ ਜਾਣਗੇ, ਜਿਹੜਾ ਵੀ ਭੈਣ ਭਾਈ ਉਹਦੇ ਵਾਸਤੇ ਕਰਨਾ ਚਾਹੁੰਦਾ ਉਹ ਦੱਸ ਸਕਦਾ ਜੀ। ਆਪਣੇ ਕੋਲੋਂ ਫਿਲਹਾਲ ਮੰਗਾਈਆਂ ਕਿਤਾਬਾਂ ਜੀ, ਇਹ ਵਾਲੀਆਂ ਕਿਤਾਬਾਂ ਲੈ ਕੇ ਆ ਚੁੱਕੇ ਆਪ ਸਾਹਿਬ ਜੀ। ਲਓ ਜੀ ਇਹ ਵੀ ਕਿਤਾਬਾਂ ਆਪ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਰਮਜ਼ਾਨ 'ਚ ਅਸੀਂ ਵਾਅਦਾ ਕੀਤਾ ਹੋਇਆ ਸੀ ਕਿ ਰਮਜ਼ਾਨ 'ਚ ਤੁਹਾਨੂੰ ਕਿਤਾਬਾਂ ਲੈ ਕੇ ਦੇਵਾਂਗੇ, ਲੇਕਿਨ ਆਪ ਉਸ ਆਪਣੇ ਵਾਅਦੇ ਦੇ ਹਿਸਾਬ ਨਾਲ ਇਹਨਾਂ ਨੂੰ ਕਿਤਾਬਾਂ ਲੈ ਕੇ ਅਸੀਂ ਦੇ ਦਿੱਤੀਆਂ ਹੋਈਆਂ। ਬਾਕੀ ਅੱਗੇ ਦੇਖਦੇ ਹਾਂ ਕਿ ਇਸ ਭਾਈ ਵਾਸਤੇ ਕਿਹੜਾ ਭੈਣ ਭਾਈ ਕੋਈ ਹੈਲਪ ਕਰਦਾ ਜੀ। ਠੀਕ ਹੈ ਮੇਰੇ ਵੀਰ, ਕਿਤਾਬਾਂ ਆਉਂਦੇ ਆ ਨਾ ਜ਼ਵੈਰ ਭਾਈ, ਉਹਨਾਂ ਨੂੰ ਵੀ ਦਿਖਾਉਂਦੇ ਹਾਂ ਔਰ ਆਪਣੇ ਭੈਣ ਭੀਰ ਨੂੰ ਵੀ ਦਿਖਾਉਂਦੇ ਹਾਂ ਜੀ। ਇਹ ਜਿਹੜੇ ਕਿਤਾਬ ਇਹਨਾਂ ਦੀ ਇਹ ਕਿੰਨੀ ਜਲਦ ਲੈ ਕੇ ਆਉਂਦੀਆਂ? ਪੰਜ ਆ ਗਈਆਂ, ਪੰਜ ਹੋਰ ਲੈ ਕੇ ਆਉਣੀਆਂ, ਇੱਕ ਦੋ ਤਿੰਨ ਚਾਰ ਪੰਜ, ਠੀਕ ਹੈ ਜੀ। ਔਰ ਇਹ ਤਾਂ ਕਾਫੀ ਸਾਰੀਆਂ ਕਿਤਾਬਾਂ ਆਈਆਂ ਹਨ, ਇਹ ਸਾਰੀਆਂ ਮਤਾਲੇ ਵਾਲੀਆਂ ਆਈਆਂ। ਸਹੀ ਹੈ ਜੀ, ਸਹੀ ਹੈ। ਅਸੂਲ ਮਿਰਾਸ ਇਹਦਾ ਕੀ ਮਤਲਬ ਆ?
ਯਾਨੀ ਕਿ ਜਿਹੜੇ ਇਹਨਾਂ ਚੀਜ਼ਾਂ ਤੋਂ ਸਾਨੂੰ ਫਿੱਕਾ ਦਾ ਪਤਾ ਚੱਲੇਗਾ ਮਸਲੇ ਮਸਾਇਲਾਂ ਦਾ। ਸਹੀ ਹੈ, ਜਿਹੜੇ ਮਸਲੇ ਮਸਾਇਲ ਮਿਲਦੇ ਨੇ ਉਹ ਸਾਨੂੰ ਇਸ ਕਿਤਾਬ ਦੇ ਵਿੱਚ ਮਿਲਦੇ ਨੇ। ਸਹੀ ਹੈ, ਮਸਲੇ ਇਸ ਕਿਤਾਬ ਤੋਂ ਮਿਲਣੇ ਤੁਹਾਨੂੰ। ਹਾਂਜੀ, ਲੇਕਿਨ ਜਿਹੜੀ ਸਮਝ ਆਈ ਜਿਹੜੀ ਮਸਲੇ ਦੀ ਉਹ ਇਹਨਾਂ ਅਸੂਲੇ ਮਿਰਾਸ ਤੋਂ ਆਵੇਗੀ। ਸਹੀ ਹੈ ਜੀ, ਅਤੇ ਇਲਮ ਮਿਰਾਸ ਜਿਹੜੀ। ਸਹੀ ਹੈ, ਸਹੀ ਹੈ, ਇਹ ਵੀ ਮੁਸ਼ਕਾਕ ਸ਼ਰੀਫ ਹੈ, ਇਹ ਮੁਕਾਸ਼ਫਤੁਲ ਕੁਲੂਬ ਹੈ। ਸਹੀ ਹੈ ਜੀ, ਇਹ ਹੁਸਾਮੀ ਹੈ, ਇਹ ਸਾਡੇ ਸਾਲ ਦੀ, ਇਹ ਸਾਲ ਦੀ ਬਹੁਤ ਮੁਸ਼ਕਲ ਤਰੀਨ ਕਿਤਾਬ ਹੈ, ਪਹਿਲੇ ਸਾਲ ਦੀ, ਇਸ ਯਾਨੀ ਕਿ ਪੰਜਵੇਂ ਸਾਲ। ਸਹੀ ਹੈ ਜੀ, ਲਓ ਜੀ ਇਹ ਕਿਤਾਬਾਂ ਜਿੱਦਾਂ ਕਿ ਅਸੀਂ ਵਾਅਦਾ ਕੀਤਾ ਸੀ ਹਫ ਸਾਹਿਬ ਨਾਲ, ਉਹ ਆ ਚੁੱਕੀਆਂ ਜੀ। ਹਫ ਸਾਹਿਬ ਅੱਜ ਮੁਸ਼ਕਾਕ ਸ਼ਰੀਫ ਦਿਖਾਓ ਸਾਡੇ ਭੈਣ ਭਈਆਂ ਨੂੰ। ਮੁਸ਼ਕਾਕ ਸ਼ਰੀਫ, ਹਾਂਜੀ ਅੱਜ ਮੁਸ਼ਕਾਕ ਸ਼ਰੀਫ ਦਿਖਾਓ। ਉਹ ਇਹ ਜਿਹੜੀ ਮੁਸ਼ਕਾਕ ਸ਼ਰੀਫ ਤੁਸੀਂ ਲੈ ਕੇ ਆਏ ਹੋ, ਇਹਦਾ ਕੀ ਮਤਲਬ ਆ? ਇਹ ਹਦੀਸ ਸ਼ਰੀਫ ਦੀ ਕਿਤਾਬ, ਇਹਦੇ ਵਿੱਚ ਹਦੀਸਾਂ ਨੇ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀਆਂ ਮੁਖਤਲਿਫ ਰਵਾਇਤ ਤੋਂ, ਬੁਖਾਰੀ ਸ਼ਰੀਫ ਤੋਂ ਅਤੇ ਮੁਸਲਿਮ ਸ਼ਰੀਫ ਤੋਂ, ਕਿਉਂਕਿ ਵੱਡੀਆਂ ਸਿਆਸਤਾਂ ਦੀਆਂ ਕਿਤਾਬਾਂ ਦੇ ਵਿੱਚੋਂ ਹਦੀਸਾਂ ਕੱਢ ਕੇ ਇਹਦੇ ਵਿੱਚ ਦਿੱਤੀਆਂ ਹੋਈਆਂ। ਸਹੀ ਹੋ ਗਿਆ, ਸਹੀ ਹੋ ਗਿਆ। ਇਹ ਇਹ ਬੰਦਾ ਹਰ ਬੰਦਾ ਪੜ੍ਹ ਵੀ ਨਹੀਂ ਸਕਦਾ ਬਗੈਰ ਇਲਮ ਤੋਂ, ਜੇ ਜਿਹੜਾ ਬੰਦਾ ਇਲਮ ਰੱਖਦਾ ਬਗੈਰ ਅਰਾਬ ਤੋਂ, ਅਰਾਬ ਅਸੀਂ ਖੁਦ ਲਾਉਣੇ ਨੇ, ਅਰਾਬ ਲਾ ਕੇ ਪੜ੍ਹਨਾ। ਸਹੀ ਹੋ ਗਿਆ, ਹਾਂਜੀ। ਇਹ ਅਰਬੀ ਹੈ ਸਾਰੀ, ਇਹ ਸਾਰੀ ਅਰਬੀ, ਹਾਂ ਬਿਲਕੁਲ, ਅਰਬੀ ਲਿਖੀ ਹੋਈ, ਅਰਬੀ ਤੁਸੀਂ ਪੜ੍ਹ ਸਕਦੇ, ਅਸੀਂ ਖੁਦ ਪੜ੍ਹ ਸਕਦੇ, ਹੋਰ ਕੋਈ ਬੰਦਾ ਨਹੀਂ ਪੜ੍ਹ ਸਕਦਾ, ਹਾਂ ਉਹ ਨਹੀਂ ਪੜ੍ਹ ਸਕਦਾ, ਅਰਬੀ ਤੁਸੀਂ ਪੜ੍ਹ ਸਕਦੇ ਹੋ ਜਾਂ ਜਿਹੜੇ ਅਰਬੀ ਲੋਕ ਉਹ ਪੜ੍ਹ ਸਕਦੇ। ਸਹੀ ਹੋ ਗਿਆ ਜੀ, ਚਲੋ ਅੱਛਾ ਜੀ, ਅੱਲਾ ਪਾਕ ਤੁਹਾਨੂੰ ਦੀਨ ਦੀ ਖਿਦਮਤ ਕਰਨ ਦਾ ਮੌਕਾ ਦੇ, ਔਰ ਅੱਲਾ ਪਾਕ ਤੁਹਾਨੂੰ ਦੀਨ ਦਾ ਆਲਮ ਬਣਾਏ ਜੀ।